ਨਸ਼ਿਆਂ ਖਿਲਾਫ ਆਰੰਭ ਕੀਤੀ ਜਾਵੇਗੀ ਪਿੰਡ ਪੱਧਰੀ ਚੇਤਨਾ ਮੁਹਿੰਮ। ਡੀਸੀ ਨਵਾਂਸ਼ਹਿਰ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਬਿਨੈ ਬਬਲਾਨੀ ਦਾ ਕਹਿਣਾ ਹੈ ਕਿ ਨਸ਼ਿਆਂ ਖਿਲਾਫ ਜ਼ਿਲ੍ਹੇ ਵਿੱਚ ਪਿੰਡ ਪੱਧਰੀ ਚੇਤਨਾ ਮੁਹਿੰਮ ਆਰੰਭ ਕੀਤੀ ਜਾਵੇਗੀ ਅਤੇ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਕੋਈ ਵੀ ਮੁਹਿੰਮ ਅਸਰ ਅੰਦਾਜ਼ ਨਹੀਂ ਹੋ ਸਕਦੀ। ਉਹਨਾਂ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਪਿੰਡ ਪੱਧਰ ਅਤੇ ਸਕੂਲ ਕਾਲਜ ਪੱਧਰ 'ਤੇ ਨਸ਼ਿਆਂ ਦੀ ਰੋਕਥਾਮ ਲਈ ਸ਼ੁਰੂ ਕੀਤੀ ਗਈ ਡੈਪੋ ਅਤੇ ਵੱਡੀ ਮੁਹਿੰਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਡੈਪੋ ਪਿੰਡਾਂ ਵਿੱਚ ਬਣੀਆਂ ਨਸ਼ਾ ਰੋਕੂ ਨਿਗਰਾਨ ਕਮੇਟੀਆਂ ਨਾਲ ਮਿਲ ਕੇ ਕੰਮ ਕਰਨਗੇ, ਜਦਕਿ ਵੱਡੀ ਗਰੁੱਪ 5 ਵਿਦਿਆਰਥੀਆਂ ਦੇ ਸਮੂਹ 'ਤੇ ਆਧਾਰਿਤ ਅਜਿਹਾ ਗਰੁੱਪ ਹੋਵੇਗਾ ਜਿਹੜਾ ਅਪਰ ਪ੍ਰਾਇਮਰੀ ਕਲਾਸਾਂ ਤੋਂ ਸੀਨੀਅਰ ਕਲਾਸਾਂ ਤੱਕ ਆਪੋ ਆਪਣੀਆਂ ਸੰਸਥਾਵਾਂ ਵਿੱਚ ਨਸ਼ੇ ਜਿਹੀਆਂ ਬਿਮਾਰੀਆਂ 'ਤੇ ਨਿਗਾਹ ਰੱਖੇਗਾ। ਉਹ ਪੰਚਾਇਤੀ ਰਾਜ ਸਪੋਰਟਸ ਕਲੱਬ ਅਤੇ ਪ੍ਰਵਾਸੀ ਭਾਰਤੀਆਂ ਵੱਲੋਂ ਪਿੰਡ ਖਾਨਪੁਰ ਵਿਖੇ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਵਾਉਣ ਸੰਬੰਧੀ ਸਮਾਗਮ ਵਿੱਚ ਪਹੁੰਚੇ ਹੋਏ ਸਨ। ਇਸ ਮੌਕੇ ਉਹਨਾਂ ਖਾਨਪੁਰ ਦੇ ਵਸਨੀਕਾਂ ਨੂੰ ਸਰਬਸੰਮਤੀ ਨਾਲ ਗ੍ਰਾਮ ਪੰਚਾਇਤ ਚੁਣੇ ਜਾਣ 'ਤੇ ਮੁਬਾਰਕਬਾਦ ਦਿੱਤੀ। ਇਸ ਮੌਕੇ ਐਸਪੀਡੀ ਬਲਰਾਜ ਸਿੰਘ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਉਤਸ਼ਾਹਿਤ ਹੋਣ ਲਈ ਪ੍ਰੇਰਿਆ। ਬੰਗਾ ਤੋਂ ਅਜੀਤ ਵੈਬ ਟੀਵੀ ਲਈ ਜਸਵੀਰ ਸਿੰਘ ਨੂਰਪੁਰ ਅਤੇ ਗੁਰਜਿੰਦਰ ਸਿੰਘ ਗੁਰੂ ਦੀ ਰਿਪੋਰਟ। ਇਲਾਕੇ ਦੇ ਇੰਚਾਰਜ ਨੇ ਸਾਡੇ ਅਤੇ ਸਾਰੇ ਹੀ ਇਲਾਕੇ ਤੋਂ ਪੰਚ ਸਰਪੰਚ ਜੋ ਚੁਣੇ ਗਏ ਨੇ ਇਸ ਪਿੰਡ ਦੇ ਵਿੱਚ ਸਰਬਸੰਮਤੀ ਦੇ ਨਾਲ, ਉਹਨਾਂ ਸਾਰਿਆਂ ਦਾ ਧੰਨਵਾਦ ਕਰਨ ਵਾਸਤੇ, ਉਹਨਾਂ ਦੇ ਰੂਬਰੂ ਹੋਣ ਵਾਸਤੇ ਇਹ ਸਾਰੇ ਬਿਊਰੋਕਰੈਟਸ ਅਤੇ ਜਿਹੜੇ ਸਾਡੇ ਇਸ ਹਲਕੇ ਦੇ ਪਾਰਟੀ ਦੇ ਇੰਚਾਰਜ ਨੇ ਉਹ ਆ ਰਹੇ। ਤੁਸੀਂ ਉਸ ਸਥਾਨ 'ਤੇ ਪਹੁੰਚ ਕੇ ਨਸ਼ਿਆਂ ਦੇ ਵਿਰੋਧ ਵਿੱਚ ਪਿੰਡ ਦੇ ਨੌਜਵਾਨਾਂ ਨੂੰ, ਲੋਕਾਂ ਨੂੰ ਜਾਗਰੂਕ ਕਰਨਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਸਰਬਸੰਮਤੀ ਹੋਈ ਹੈ, ਠੀਕ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਪਰਿਵਾਰਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਲਈ ਸੁਚੇਤ ਕੀਤਾ ਜਾ ਰਿਹਾ ਜੋ ਪੰਜਾਬ ਸਰਕਾਰ ਵੱਲੋਂ। ਮੈਂ ਸਮਝਦਾ ਹਾਂ ਕਿ ਇਹ ਇਸ ਪਿੰਡ ਵਾਸੀਆਂ ਦਾ, ਖਾਸ ਤੌਰ 'ਤੇ ਜਿਹੜੀ ਨਵੀਂ ਪੰਚਾਇਤ ਚੁਣੀ ਹੈ ਜਾਂ ਜਿੰਨੇ ਵੀ ਔਰਗੇਨਾਈਜ਼ਰਸ ਨੇ ਸਾਰਿਆਂ ਦਾ, ਮੈਂ ਪੁਲਿਸ ਜ਼ਿਲ੍ਹਾ ਨਵਾਂਸ਼ਹਿਰ ਦੀ ਤਰਫ ਤੋਂ, ਮਾਨਯੋਗ SSP ਸਾਹਿਬ ਦੀ ਤਰਫ ਤੋਂ ਅਤੇ ਸਾਰੇ ਜ਼ਿਲ੍ਹੇ ਦੀ ਤਰਫ ਤੋਂ, ਪ੍ਰਸ਼ਾਸਨ ਦੀ ਤਰਫ ਤੋਂ ਅਤੇ ਪੱਲੀ ਚਿੱਠੀ ਜੀ ਮੇਰੇ ਨਾਲ ਮੁਖਾਤਬ ਨੇ ਆਪ ਜੀ ਦੇ ਸਾਹਮਣੇ, ਮੈਂ ਸਾਰਿਆਂ ਦੀ ਤਰਫ ਤੋਂ ਆਪ ਸਭ ਦਾ ਦਿਲੋਂ ਧੰਨਵਾਦ ਕਰਦਾ ਹਾਂ। ਉਹਦੇ 'ਚ ਜਿਹੜੀਆਂ ਸਰਬਸੰਮਤੀ ਨਾਲ ਖਾਸ ਕਰਕੇ ਚੁਣ ਕੇ ਆਈਆਂ, ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ 2.5 ਲੱਖ ਰੁਪਈਆ ਦੀ ਗ੍ਰਾਂਟ ਦੇਣ ਦਾ ਅਨਾਊਂਸ ਕੀਤਾ ਗਿਆ ਅਤੇ ਉਹਦੇ ਨਾਲ ਹੀ ਜਿਹੜੀਆਂ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ, ਸਰਬਪ੍ਰਵਾਨਿਤ ਪੰਚਾਇਤਾਂ ਕਿਹਾ ਜਾ ਸਕਦਾ ਉਹਨਾਂ ਨੂੰ, ਉਹ ਇੱਕ ਬਹੁਤ ਅੱਛਾ ਰੁਝਾਨ ਹੈ ਇਸ ਵਾਰ ਡਿਸਟ੍ਰਿਕਟ ਨਵਾਂਸ਼ਹਿਰ ਦੇ ਵਿੱਚ ਹੀ ਨਹੀਂ, ਸਾਰੇ ਪੰਜਾਬ ਦੇ ਵਿੱਚ ਹੀ ਬਹੁਤ ਜ਼ਿਆਦਾ ਪੰਚਾਇਤਾਂ ਜਿਹੜੀਆਂ ਉਹ ਸਰਬਸੰਮਤੀ ਨਾਲ ਜੁੜ ਕੇ ਆਈਆਂ। ਤਕਰੀਬਨ 150 ਦੇ ਗਰੀਬ ਪੰਚਾਇਤਾਂ ਜਿਹੜੀਆਂ ਉਹ ਸਰਬਸੰਮਤੀ ਨਾਲ ਸਾਡੇ ਜ਼ਿਲ੍ਹੇ ਦੀਆਂ ਜੁੜ ਕੇ ਆਈਆਂ, 500 ਤੋਂ ਘੱਟ ਪੰਚਾਇਤਾਂ ਸ਼ਾਇਦ।